ਕੀ ਗੱਲ ਜੀ ਸਾਰਿਆਂ ਨੂੰ ਅੱਜ ਆਪਾਂ ਸਪੈਸ਼ਲ ਗਰਮੀਆਂ ਦੇ ਲਈ ਇੱਕ ਡਰਿੰਕ ਬਣਾਵਾਂਗੇ ਤੇ ਬਹੁਤ ਹੀ ਘੱਟ ਖਰਚੇ ਤੇ ਬਹੁਤ ਹੀ ਘੱਟ ਸਮੇਂ ਵਿੱਚ ਬਣ ਕੇ ਤਿਆਰ ਹੋ ਜੂਗੀ। ਵੀਡੀਓ ਜੇਕਰ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਵੱਧ ਵੱਧ ਸ਼ੇਅਰ ਕਰਿਓ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੀ ਜੇਕਰ ਤੁਸੀਂ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ। ਚੁੱਲ੍ਹੇ ਤੇ ਰੱਖ ਲੈਣੇ ਆ ਜੀ ਆਪਾਂ ਕੜਾਹੀ ਤੇ ਡਰਿੰਕ ਬਣਾਉਣੀ ਆ ਆਪਾਂ ਸਟਾਰਟ ਕਰਦੇ ਆਂ ਛੱਟਪਟ ਇਹ ਬਣ ਜਾਂਦੀ ਹੈ ਸਭ ਤੋਂ ਟੇਸਟੀ ਬਣਦੀ ਹੈ। ਜ਼ਰੂਰ ਇਸ ਤਰੀਕੇ ਨਾਲ ਤੁਸੀਂ ਬਣਾਉਣੀ ਹੈ ਜੀ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਗੀ। ਕੜਾਹੀ ਦੇ ਤੇ ਦੁੱਧ ਨੂੰ ਆਪਾਂ ਪਹਿਲਾਂ ਉਬਾਲ ਲਾਂਗੇ ਕਿਉਂਕਿ ਕੱਚੇ ਦੁੱਧ 'ਚੇ ਡਰਿੰਕ ਵਧੀਆ ਨਹੀਂ ਬਣਨੀ ਤੇ ਇਸ ਤਰੀਕੇ ਨਾਲ ਜੀ ਉਬਾਲਾ ਜ਼ਰੂਰ ਦਿਵਾ ਲੈਣਾ ਤੁਸੀਂ ਦੁੱਧ ਨੂੰ ਦੁੱਧ ਤੁਸੀਂ ਕੋਈ ਵੀ ਵਰਤ ਸਕਦੇ ਹੋ ਘੱਟ ਫੈਂਟ ਦਾ ਜਾਂ ਵੱਧ ਫੈਂਟ ਦਾ ਤੇ ਆਪਾਂ ਇਹਦੀ ਰਬੜੀ ਨਹੀਂ ਬਣਾਉਣੀ ਜਾਂ ਆਪਾਂ ਇਹਨੂੰ ਕੋਈ ਬੜਾ گاੜਾ ਨਹੀਂ ਕਰਨਾ ਛਟਪਟੇ ਡਰਿੰਕ ਬਣ ਜੂਗੀ ਬਸ ਇਹਨੂੰ ਪਕਾਉਣ ਦਾ ਇਹਨੂੰ ਬਣਾਉਣ ਦਾ ਇੱਕ ਤਰੀਕਾ ਹੈ ਜੀ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀ ਇਹ ਵਧੀਆ ਡਰਿੰਕ ਸਹੀ ਤਰੀਕੇ ਨਾਲ ਬਣ ਕੇ ਤਿਆਰ ਹੋਊਗੀ ਕਸਟਰਡ ਦੀ ਸੋ ਜਿੰਨਾ ਜੇ ਦੁੱਧ ਨੂੰ ਉਬਾਲ ਆਉਂਦਾ ਜੀ ਉਹਨਾਂ ਚਿਰ ਆਪਾਂ ਕਸਟਰਡ ਤਿਆਰ ਕਰ ਲੈਨੇ ਆ ਇੱਕ ਸਾਈਡ ਤੇ ਖੌ ਇਥੇ ਇੱਕ ਕੌਲੀ ਦੇ ਵਿੱਚ ਜੀ ਮੈਂ ਇਹ 1.5 ਤੋਂ 2 ਚਮਚ ਪਾਵਾਂਗੀ ਵਨੀਲਾ ਕਸਟਰਡ ਦੇ ਕਿਉਂਕਿ ਜਿਹੜਾ ਵਨੀਲਾ ਫਲੇਵਰ ਦਾ ਕਸਟਰਡ ਹੁੰਦਾ ਹੈ ਹਰ ਵਕਤ ਹਰ ਘਰ ਦੇ ਵਿੱਚ ਹੀ ਹੁੰਦਾ ਆਸਾਨੀ ਨਾਲ ਮਿਲ ਜਾਂਦਾ ਹੈ ਜੀ ਇਹ ਚਮਚ ਪਾਏ ਆ ਮੈਂ ਇਹਦੇ ਵਿੱਚ 1.5 ਜਾਂ 2 ਤੁਸੀਂ ਐਡ ਕਰ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਠੰਡਾ ਦੁੱਧ ਮੈਂ ਪਹਿਲਾਂ ਹੀ ਅਲੱਗ ਜਿਹੜਾ ਕੱਢ ਕੇ ਰੱਖਿਆ ਸੀ ਕਿਉਂਕਿ ਜੇ ਆਪਾਂ ਇਹਦੇ ਵਿੱਚ ਗਰਮ ਦੁੱਧ ਪਾਵਾਂਗੇ ਗਰਮ ਦੁੱਧ ਦੇ ਵਿੱਚ ਕਸਟਰਡ ਦੀਆਂ ਗੰਡਾਂ ਜ਼ਿਆਦਾ ਬਣ ਜਾਣਗੀਆਂ ਚੰਗੇ ਤਰੀਕੇ ਨਾਲ ਕਸਟਰਡ ਮਿਕਸ ਨਹੀਂ ਹੋਣਾ ਫਿਰ ਬਾਅਦ ਵਿੱਚ ਆਪਣੀ ਸਾਰੀ ਡਰਿੰਕ ਵੀ ਖਰਾਬ ਹੋ ਜਾਊਗੀ ਸੋ ਚੰਗੇ ਤਰੀਕੇ ਨਾਲ ਸਾਰੀਆਂ ਗੰਡਾਂ ਨੂੰ ਆਪਾਂ ਖਤਮ ਕਰ ਦੇਾਂਗੇ ਤੇ ਇਸ ਤਰੀਕੇ ਨਾਲ ਇੱਕ ਸਮੂਥ ਜਿਹਾ ਘੋਲ ਹੈ ਜਿਹੜਾ ਕਸਟਰਡ ਦਾ ਆਪਾਂ ਬਣਾ ਕੇ ਤਿਆਰ ਕਰ ਲਾਂਗੇ ਜੀ ਬਾਕੀ ਜੇ ਤੁਹਾਡੇ ਕੋਲ ਸਟਰਾਬਰੀ ਮੰਗੋ ਇਸ ਤਰ੍ਹਾਂ ਦੇ ਕੋਈ ਹੋਰ ਫਲੇਵਰ ਦਾ ਕਸਟਰਡ ਹੈ ਤੁਸੀਂ ਉਹ ਵੀ ਵਰਤ ਸਕਦੇ ਹੋ ਇਹ ਸਾਰਾ ਦੁੱਧ ਜਿਹੜਾ ਕੱਪੀਚ ਸੀਗਾ ਇਹ ਲੱਗ ਗਿਆ ਜੀ ਤੇ ਹੁਣ ਆਪਾਂ ਇਧਰ ਦੋ ਇਲਾਇਚੀਆਂ ਨੂੰ ਕੁੱਟ ਕੇ ਇਸ ਤਰੀਕੇ ਨਾਲ ਪਾ ਦੁੱਧ ਦੇ ਵਿੱਚ ਇਹ ਆਪਾਂ এলাਚੀ ਪਾਊਡਰ ਐਡ ਕਰਤਾ ਜੀ ਵੀ ਜਿਵੇਂ ਜਿਵੇਂ ਦੁੱਧ ਉਬਲੂਗਾ ਨਾ ਓਵੇਂ ਓਵੇਂ ਵਧੀਆ ਇਹਦੇ ਨਾਲ ਫਲੇਵਰ ਆ ਜਾਊਗਾ এলাਚੀ ਦਾ ਜੇ ਤੁਹਾਨੂੰ এলাਚੀ ਦਾ ਫਲੇਵਰ ਨਾ ਪਸੰਦ ਹੋਇਆ ਤਾਂ ਤੁਸੀਂ ਇਹ ਸਕਿਪ ਕਰ ਸਕਦੇ ਹੋ ਜੀ এলাਚੀ ਰਹਿਣ ਦਿਓ ਬਿਨਾਂ এলাਚੀ ਤੋਂ ਬਣਾ ਲਿਓ ਸੋ ਇਸ ਤਰੀਕੇ ਨਾਲ ਦੁੱਧ ਵਧੀਆ ਉਬਲ ਰਿਹਾ ਜੀ ਮਲਾਈ ਆਉਣ ਲੱਗੀ ਦੁੱਧ ਤੇ ਹੁਣ ਆਪਾਂ ਇਹਦੇ ਵਿੱਚ ਇਹ ਕਸਟਰਡ ਪਾਵਾਂਗੇ ਜਦੋਂ ਤੁਸੀਂ ਕਸਟਰਡ ਐਡ ਕਰਨਾ ਇਸ ਤਰੀਕੇ ਨਾਲ ਚਮਚ ਨਾਲ ਜ਼ਰੂਰ ਕੌਲੀ ਦੇ ਵਿੱਚ ਇਹਨੂੰ ਮਿਕਸ ਕਰ ਲਿਓ ਕਿਉਂਕਿ ਜਿਹੜਾ ਕਸਟਰਡ ਆ ਉਹ ਨੀਚੇ ਬਹਿ ਜਾਂਦਾ ਇਸ ਤਰੀਕੇ ਦੇ ਕੋ ਚਮਚ ਨਾਲ ਵੀ ਹੈ ਜਿਹੜਾ ਇਹ ਲੱਗ ਗਿਆ ਫਿਰ ਇਹ ਵਧੀਆ ਇਹਦਾ ਫਲੇਵਰ ਨਹੀਂ ਆਉਂਦਾ ਵਿੱਚ ਗੰਢਾ ਬਣ ਜਾਂਦੀਆਂ ਨੇ ਤੇ ਇਸ ਤਰੀਕੇ ਨਾਲ ਆਪਾਂ ਥੋੜਾ ਥੋੜਾ ਕਸਟਰਡ ਐਡ ਕਰਦੇ ਜਾਵਾਂਗੇ ਤੇ ਦੁੱਧ ਦੇ ਵਿੱਚ ਇਹਨੂੰ ਮਿਕਸ ਕਰਦੇ ਜਾਵਾਂਗੇ ਵਿਦੇ ਗੰਢਾ ਨਾ ਬਣ ਕਿਉਂਕਿ ਕਸਟਰਡੀ ਦਾ ਆਪਾਂ ਦੁੱਧ ਦੇ ਵਿੱਚ ਐਡ ਕਰ ਦਿੰਨੇ ਆ ਤਾਂ ਛੇਤੀ ਇਹ ਜਿਹੜਾ گاੜਾ ਹੋਣ ਲੱਗ ਜਾਂਦਾ ਸੋ ਇੱਥੇ ਤੁਸੀਂ ਫਲੇਮ ਦਾ ਜ਼ਰੂਰ ਧਿਆਨ ਰੱਖਿਓ ਫਲੇਮ ਐ ਜਿਹੜੀ ਉਹ ਮੀਡੀਅਮ ਜੀ ਰੱਖਿਓ ਫੁੱਲ ਨਾ ਰੱਖਿਓ ਕਿਉਂਕਿ ਇੱਕ ਤਾਂ ਆਪਾਂ ਕਸਟਰਡ ਨੂੰ ਥੋੜਾ ਜਿਹਾ ਟਾਈਮ ਪਕਾਉਣਾਗਾ ਤੇ ਜੇ ਆਪਾਂ ਫੁੱਲ ਫਲੇਮ ਕਰ ਦੇਾਂਗੇ ਫਿਰ ਇਹ ਜਲਦੀ گاੜਾ ਹੋ ਜਾਊਗਾ ਸਹੀ ਤਰੀਕੇ ਨਾਲ ਡਰਿੰਕ ਨਹੀਂ ਬਣਨੀ ਫਿਰ ਉਹ ਆਪਣੀ ਕਸਟਰਡ ਕਰੀਮ ਬਣ ਕੇ ਤਿਆਰ ਹੋ ਜਾਊਗੀ ਇਸ ਤਰੀਕੇ ਨਾਲ ਜੇ ਆਪਾਂ ਹਲਕਾ ਜਿਹਾ ਕਸਟਰਡ ਨੂੰ ਪਕਾਵਾਂਗੇ ਉਸ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਖੰਡ ਐਡ ਕਰ ਦੇਾਂਗੇ ਇਹ ਸਵਾਦ ਅਨੁਸਾਰ ਐਡ ਕਰਾਂਗੇ ਜੀ ਆਪਾਂ ਜਿੰਨੀ ਕੁ ਵੱਧ ਘੱਟ ਰੱਖਣੀ ਹੈ ਤੁਸੀਂ ਜਦੋਂ ਦੁੱਧ ਨੂੰ ਉਬਾਲ ਦਿੱਤਾ ਸੀ ਉਦੋਂ ਵੀ ਤੁਸੀਂ ਖੰਡੇ ਦੇ ਵਿੱਚ ਐਡ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਪਕੰਡ ਐਡ ਕਰਤੀ ਨਾ ਫਿਰ ਇਹ ਜ਼ਿਆਦਾ ਗਾੜਾ ਨਹੀਂ ਹੁੰਦਾ ਕਿਉਂਕਿ ਖੰਡ ਵੀ ਜਿਹੜੀ ਮੈਲਟ ਹੋ ਜਾਂਦੀ ਹੈ ਇਸ ਤਰੀਕੇ ਨਾਲ ਹਲਕਾ ਹਲਕਾ ਸਾਈਡਾਂ ਤੋਂ ਹੀ ਉਬਲ ਰਿਹਾ ਜੀ ਇਸ ਤਰੀਕੇ ਦੇ ਉਬਾਲ ਆਉਣਾ ਚਾਹੀਦਾ ਫੁੱਲ ਉਬਾਲ ਆਪਾਂ ਕਸਟਰਡ ਨੂੰ ਨਹੀਂ ਦਿਵਾਉਣਾ ਤੇ ਮਿੰਟਿਕ ਆਪਾਂ ਕਸਟਰਡ ਨੂੰ ਪਕਾਇਆ ਬਸ ਤੇ ਹੁਣ ਇੱਕ ਅਲੱਗ ਬਰਤਨ ਦੇ ਵਿੱਚ ਇਨਕਾ ਕਾਸਟਰਡ ਡਰਿੰਕ ਹੈ ਜਿਹੜੀ ਕਿਉਂਕਿ ਇਹ ਛੇਤੀ ਛੇਤੀ ਵੀ ਠੰਡੀ ਹੋ ਜੇ ਅਲੱਗ ਬਰਤਨ ਚ ਕਿਸੇ ਖੁੱਲੇ ਬਰਤਨ ਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਕੱਢ ਲਿਓ ਇਹਨੂੰ ਤੇ ਹੁਣ ਜਿਹੜੇ ਇਹਦੇ ਵਿੱਚ ਆਪਾਂ ਡਰਾਈ ਫਰੂਟ ਪਾਉਣੇ ਆ ਹੋਰ ਚੀਜ਼ਾਂ ਐਡ ਕਰਨੀਆਂ ਆ ਉਹ ਠੰਡਾ ਹੋਣ ਤੋਂ ਬਾਅਦ ਹੀ ਆਪਾਂ ਸਰਵ ਕਰਾਂਗੇ ਨਾ ਜਦੋਂ ਉਦੋਂ ਹੀ ਐਡ ਕਰਾਂਗੇ ਉਸ ਤੋਂ ਪਹਿਲਾਂ ਨਾ ਰੂਮ ਟੈਂਪਰੇਚਰ ਤੇ ਇਹਨੂੰ ਇਸ ਤਰੀਕੇ ਨਾਲ ਆਪਾਂ ਠੰਡਾ ਕਰ ਲਾਂਗੇ 10-12 ਮਿੰਟ ਤੇ ਜਦੋਂ ਇਹ ਹਲਕਾ ਜਿਹਾ ਠੰਡਾ ਹੋ ਗਿਆ ਉਸ ਤੋਂ ਬਾਅਦ ਆਪਾਂ ਰੱਖਾਂਗੇ ਜੀ ਨੂੰ ਫ੍ਰਿਜ ਦੇ ਵਿੱਚ ਬਿਲਕੁਲ ਆਪਾਂ ਚਿਲਡ ਬਿਲਕੁਲ ਠੰਡਾ ਸਰਵ ਕਰਨਾ ਹੈ ਫਿਰ ਹੀ ਇਹ ਟੇਸਟੀ ਲੱਗੂਗਾ ਬਰਫੇ ਦੇ ਵਿੱਚ ਬਿਲਕੁਲ ਨਹੀਂ ਆਪਾਂ ਐਡ ਕਰਨੀ ਕਿਉਂਕਿ ਜੇ ਬਰਫ ਐਡ ਕਰ ਦੇਾਂਗੇ ਫਿਰ ਇਹਦਾ ਫਲੇਵਰ ਦਾ ਵੀ ਫਰਕ ਪੈ ਜਾਊਗਾ ਤੇ ਤੇ ਹਾਂ ਜੀ ਇਸ ਤਰੀਕੇ ਨਾਲ ਪਿਆ ਇਹ ਡਰਿੰਕ ਨੂੰ ਜਿਹੜਾ ਠੰਡਾ ਕਰ ਲਿਆ ਬਿਲਕੁਲ ਇਹ ਚਿਲਡ ਹੈ ਤੇ ਇਹ ਹੈਗੇ ਮੇਰੇ ਕੋਲੇ ਸਬਜਾ ਸੀਡਸ ਬਹੁਤ ਆਸਾਨੀ ਨਾਲ ਤੁਹਾਨੂੰ ਮਾਰਕੀਟ ਚੋਂ ਮਿਲ ਜਾਂਦੇ ਆ ਡੇਢ ਕ ਚਮਚ ਜਿਹੜਾ ਮੈਂ ਪਾਣੀ ਦੇ ਵਿੱਚ ਪਿਉਂ ਕੇ ਰੱਖਤੀ ਸੀ ਇਹ ਇਸ ਤਰੀਕੇ ਨਾਲ ਤੇ ਆਪਾਂ ਇਹ ਐਡ ਕਰ ਦਿਆਂਗੇ ਇਹਨਾਂ ਨੂੰ ਕਰ ਦਿਆਂਗੇ ਮਿਕਸ ਕਿਸੇ ਵੀ ਡਰਿੰਕ ਚ ਤੁਸੀਂ ਇਹਨਾਂ ਨੂੰ ਸ਼ਾਮਿਲ ਕਰਦੇ ਹੋ ਨਾ ਤਾਂ ਡਰਿੰਕ ਦਾ ਜਿਹੜਾ ਟੇਸਟ ਆ ਉਹ ਦੁੱਗਣਾ ਹੋ ਜਾਂਦਾ ਬਹੁਤ ਵਧੀਆ ਲੱਗਦੇ ਆ ਇਹ ਇਸ ਤਰੀਕੇ ਨਾਲ ਸਬਜਾ ਸੀਡਸ ਨੂੰ ਆਪਾਂ ਮਿਕਸ ਕਰ ਦਿਆਂਗੇ ਜੀ ਕਸਟਰਡ ਡਰਿੰਕ ਦੇ ਵਿੱਚ ਹੁਣ ਇਹਦੇ ਵਿੱਚ ਤੁਸੀਂ ਕੋਈ ਡਰਾਈ ਫਰੂਟ ਐਡ ਕਰਨਾ ਹੈ ਘਰੇ ਹੋਏ ਤਾਂ ਤੁਸੀਂ ਉਹ ਐਡ ਕਰ ਮੇਰੇ ਕੋਲ ਇਥੇ ਟੂਟੀ ਫਰੂਟੀ ਹੈ ਜੀ ਸਭ ਤੋਂ ਪਹਿਲਾਂ ਮੈਂ 2 ਕ ਚਮਚ ਫੁੱਲ ਭਰ ਕੇ ਇਹ ਐਡ ਕਰ ਦੂੰਗੀ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਊਗਾ ਤੁਸੀਂ ਕਿਸ਼ਮਿਸ਼ ਵੀ ਐਡ ਕਰ ਸਕਦੇ ਹੋ ਕਾਜੂ ਬਦਾਮ ਪਿਸਤਾ ਜੋ ਵੀ ਡਰਾਈ ਫਰੂਟ ਹੋਏ ਇਸ ਤਰੀਕੇ ਨਾਲ ਇਹਨੂੰ ਪਲੇਨ ਵੀ ਬਣਾ ਸਕਦੇ ਹੋ ਜੀ ਹੁਣ ਆਪਾਂ ਗਲਾਸਾਂ ਦੇ ਵਿੱਚ ਠੰਡੇ ਠੰਡੇ ਕਸਟਰਡ ਡਰਿੰਕ ਨੂੰ ਆ ਜਿਹੜਾ ਆਪਾਂ ਸਰਵ ਕਰਾਂਗੇ ਜੀ ਦੇਖੋ ਇੰਨਾ ਗਾੜਾ ਜੇ ਤੁਸੀਂ ਇਸ ਤੋਂ ਵੀ ਪਤਲਾ ਰੱਖਣਾ ਹੋਇਆ ਤਾਂ ਤੁਸੀਂ ਇਹਦੇ ਵਿੱਚ ਦੁੱਧ ਹੋਰ ਐਡ ਕਰ ਲਿਓ ਇਸ ਤਰੀਕੇ ਨਾਲ ਗਲਾਸਾਂ ਦੇ ਵਿੱਚ ਪਾਉਣ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਟੂਟੀ ਫਰੂਟੀ ਤੇ ਥੋੜੇ ਜਿਹੀ ਬਰੀਕ ਮੈਂ ਬਦਾਮ ਘਟਲੇ ਸੀਗੇ ਇਹਦੇ ਨਾਲ ਡਰਿੰਕ ਨੂੰ ਜਿਹੜਾ ਆਪਾਂ ਸਰਵ ਕਰਾਂਗੇ ਜੀ ਤੇ ਠੰਡੀ ਠੰਡੀ ਕਸਟਰਡ ਡਰਿੰਕ ਬਣ ਕੇ ਹੋ ਗਈ ਜੀ ਤਿਆਰ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਕਰੇ ਟਰਾਈ ਕਰਿਓ ਜੇਕਰ ਵੀਡੀਓ ਵਧੀਆ ਲੱਗੀ ਜੀ ਲਾਈਕ ਜ਼ਰੂਰ ਕਰਿਓ ਵਾਤਵਾ ਦੇ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ